ਰਾਹ ਵਿੱਚ ਡੁੱਬ ਜਾਂਦੇ ਕਦੇ ਨਹੀਂ ਪਾਰ ਲੰਘਦੇ। ਦੋ ਬੇੜੀਆਂ 'ਚ ਜਿਨ੍ਹਾਂ ਦੀ ਲੱਤ ਹੁੰਦੀ ਉਹਦਾ ਬਾਲ ਵੀ ਬਾਂਕਾ ਨਹੀਂ ਹੋ ਸਕਦਾ, ਜਿਹਦੀ ਪੱਟ ਗੁਰੂ ਦੇ ਹੱਥ ਹੁੰਦੀ। ਸੱਚ ਕੋਮਲ ਜਲੰਧਰੀ ਕਹਿਣ ਸਿਆਣੇ, ਬਿਨਾਂ ਗੁਰੂ ਦੇ ਕਦੇ ਨਾ ਗੱਤ ਹੁੰਦੀ, ਬਿਨਾਂ ਗੁਰੂ ਦੇ ਕਦੇ ਨਾ ਗੱਤ। ਮੇਰੇ ਬਾਬਾ ਜੀ ਨੂੰ ਗੁਰੂ ਧਾਰਨਾ ਪਿਆ, ਸਾਨੂੰ ਵੀ ਧਾਰਨਾ ਪੈਣਾ। ਅਸੀਂ ਬਾਬਾ ਜੀ ਦੀ ਸੇਵਾ ਤੇ ਬੰਦਗੀ ਇਬਾਦਤ ਕਰਨੀ ਹੈ। ਜਿਹਨੂੰ ਦਰਬਾਰ ਦੀ ਖੁਸ਼ੀ ਹੈ, ਜਿਹਨੂੰ ਦਰਬਾਰ ਦੀ ਖੁਸ਼ੀ ਹੈ, ਪਰਿਵਾਰ ਦੀ ਖੁਸ਼ੀ ਹੈ, ਜੋਗੀ ਪਰਿਵਾਰ ਦੀ ਖੁਸ਼ੀ ਹੈ, ਦਰਬਾਰ ਦੀ ਖੁਸ਼ੀ ਹੈ, ਸਾਹਿਬਾ ਦੀ ਖੁਸ਼ੀ ਹੈ, ਬਾਬਾ ਜੀ ਦੀ ਖੁਸ਼ੀ ਹੈ, ਮਨੁੱਖੀ ਜਾਮੇ ਦੀ ਖੁਸ਼ੀ ਹੈ, ਉਹ ਦੋਨੋਂ ਹੱਥ 'ਚ ਕਰਿਆ ਹਜ਼ੂਰ। ਕੀਰਤਨ ਸ਼ੁਰੂ ਕਰ ਦਈਏ, ਸਮਾਂ ਬਹੁਤ ਹੋ ਗਿਆ। ਮੇਰਾ ਗੱਲਾਂ ਕਰਨ ਨੂੰ ਬਹੁਤ ਦਿਲ ਕਰ ਰਿਹਾ, ਮੈਂ ਗੱਲਾਂ ਕਰਾਂ ਪਰ ਸਮਾਂ ਗਵਾਹੀ ਨਹੀਂ ਦਿੰਦਾ, ਮੈਂ ਕੀਰਤਨ ਸ਼ੁਰੂ ਕਰਨ ਲੱਗਾ। ਦੋਨੋਂ ਹੱਥ 'ਚ ਬੋਲੋ, ਸੱਚੇ ਦਰਬਾਰ ਕੀ। ਆਓ ਫਿਰ ਕੀ ਕਹੀਏ ਬਾਬਾ ਜੀ ਨੂੰ, ਨਾ ਗੱਡੀ, ਨਾ ਕੋਠੀ, ਨਾ ਕਾਰ, ਨਾ ਪੈਸਾ, ਨਾ ਧਨ, ਨਾ ਦੌਲਤ, ਪਤੀ, ਨਾ ਪੁੱਤ, ਨਾ ਔਲਾਦ, ਕੁਝ ਨਹੀਂ ਚਾਹੀਦਾ। ਬਾਬਾ ਜੀ ਕਹਿੰਦੇ ਫਿਰ ਅੱਜ ਬੈਠਾ ਕਿਉਂ ਆ, ਬੈਠਾ ਕਿਉਂ ਆ, ਕੀ ਚਾਹੀਦਾ ਤੈਨੂੰ? ਤੇਰੇ ਜੇ ਗੱਡੀ, ਕੋਠੀ, ਕਾਰ, ਪੈਸਾ ਨਹੀਂ ਚਾਹੀਦਾ, ਕੀ ਚਾਹੀਦਾ? ਪਤਾ ਕੀ ਕਹਿਣਾ ਬਾਬਾ ਜੀ ਨੂੰ? ਬਾਬਾ ਜੀ ਪਤਾ ਕੀ ਚਾਹੀਦਾ? ਬਾਬਾ ਜੀ ਕਹਿੰਦੇ ਕਿੱਥੋਂ ਸ਼ੁਰੂ ਹੋ ਗਿਆ ਢੇਟ ਗਾਉਣੀ, ਮਸਾਂ ਮਸਾਂ ਦਾ ਕੀ ਮਤਲਬ? ਮੈਂ ਕਿਹਾ ਬਾਬਾ, ਇਸ ਵਾਰ ਤੂੰ ਸਾਨੂੰ ਜਾਨਵਰ ਨਹੀਂ ਬਣਾਇਆ, ਇਸ ਵਾਰ ਪਸ਼ੂ ਨਹੀਂ ਬਣਾਇਆ, ਇਸ ਵਾਰ ਅਪਾਹਜ ਨਹੀਂ ਬਣਾਇਆ, ਮੰਦਬੁੱਧੀ ਨਹੀਂ ਬਣਾਇਆ, ਪਿੰਗਲਵਾੜੇ 'ਚ ਨਹੀਂ ਸੱਕਿਆ, ਤੂੰ ਸਾਨੂੰ ਮਨੁੱਖੀ ਜਾਮਾ ਤੇ ਤੰਦਰੁਸਤ ਸਰੀਰ ਦਿੱਤਾ ਏ, ਤੇ ਉਸ ਤੰਦਰੁਸਤ ਸਰੀਰ ਦੇ ਵਿੱਚ ਗੁਫਾ ਦਾ ਚੌਂਕੜਾ ਦਿੱਤਾ ਏ, ਉਸ ਗੁਫਾ ਦੇ ਚੌਂਕੜੇ ਦੇ ਸਾਹਮਣੇ ਗੁਰੂ ਮਹਾਰਾਜ ਦਾ ਦੀਦਾਰ ਦਿੱਤਾ ਏ, ਇਹਦੇ ਨਾਲ ਵੱਡਾ ਸਵਰਗ ਕੋਈ ਨਹੀਂ ਹੋ ਸਕਦਾ, ਇਹਦੇ ਤੋਂ ਵੱਡੀ ਬਹਿਸ਼ਤ ਕੋਈ ਨਹੀਂ ਹੋ ਸਕਦੀ। ਜਿਹਨੂੰ ਜਿਹਨੂੰ ਖੁਸ਼ੀ ਹੈ ਦਰਬਾਰ ਦੀ, ਦੋਨੋਂ ਹੱਥ 'ਚ ਆਓ ਕਹੀਏ ਕੀ। ਭਾਈ ਜਿਹੜੇ ਜਿਹੜੇ ਤਗੜੇ ਬੈਠੇ ਹੋ ਘਰ ਚਲੇ ਜਾਓ, ਜਿਹੜੇ ਜਿਹੜੇ ਅਮੀਰ ਬੈਠੇ ਹਨ ਉਹ ਹੱਥ ਜੋੜੇ ਘਰ ਚਲੇ ਜਾਓ, ਉਹ ਜਿਹਨੂੰ ਕੋਠੀ ਕਾਰ ਯਾਦ ਆਉਂਦੀ ਇੱਥੇ ਬਹਿ ਕੇ ਉਹ ਘਰ ਚਲੇ ਜਾਓ, ਜਿਹਨੂੰ ਆਪਣੀ ਜ਼ਮੀਨ ਯਾਦ ਆ ਰਹੀ ਹੈ ਉਹ ਘਰ ਚਲੇ ਜਾਓ, ਜਿਹਨੂੰ ਮਹਿੰਗੇ ਕੱਪੜੇ ਤੇ ਰੋਟੀ ਯਾਦ ਆ ਰਹੀ ਉਹ ਘਰ ਚਲੇ ਜਾਓ, ਜਿਹਨੂੰ ਆਪਣੀ ਕਾਰ ਤੇ ਗੱਡੀ ਦਾ ਫਿਕਰ ਲੱਗਾ ਉਹ ਘਰ ਚਲੇ ਜਾਓ, ਤੇ ਜਿਹਨੂੰ ਜਿਹਨੂੰ ਲੱਗਦਾ ਹੈ ਕਿ ਪੌਣਾ ਹਾਰੀ ਦੀ ਗੁਫਾ ਤੇ ਗਰੀਬਾਂ ਦਾ ਮੁੱਲ ਪੈਂਦਾ ਹੈ, ਉਹ ਦੋਨੋਂ ਹੱਥ ਉੱਚੇ ਕਰਕੇ ਕਰੋ, ਅੱਜ ਮਸਾਂ ਮਸਾਂ ਕਿਤੇ ਮਿਲਿਆ।